ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਅਤੇ ਸਾਨੂੰ ਇਹ ਮਾਣ ਮਹਿਸੂਸ ਹੋ ਰਿਹਾ ਕਿ ਇਸ ਵਾਰ ਅਸੀਂ 2,86,00,000 ਦੇ ਨਾਲ ਇਹ ਜਿਹੜਾ ਪੁਲ ਜਿਹੜਾ ਅਸੀਂ ਹੁਣੇ ਸਾਰੇ ਚੱਲ ਕੇ ਆਏ ਹਾਂ, ਸਾਧ ਸੰਗਤ ਉੱਥੋਂ ਚੱਲ ਕੇ ਆਈ ਹੈ। ਇਹ ਪੱਥਰ ਭੇਟ ਹੈ ਜੀ, ਪੁਲ ਦਰਿਆ ਦੇ ਬਣੇ ਹੋਏ ਅਤੇ ਬਾਕੀ ਇਹਦੇ ਮਤਲਬ ਕਿ ਇਹ ਹੈਗਾ ਕਿ ਜਿਹੜਾ ਪੁਲ ਬਣਾਇਆ ਇਹ ਦੁਨੀਆ ਦੇ ਸੁੱਖ ਵਾਸਤੇ ਜ਼ਰੂਰ ਬਣਾਇਆ ਗਿਆ, ਬਾਕੀ ਜਿਹੜੀ ਲੱਕੜ ਜਿਹੜੇ ਫੱਟੇ ਨੇ ਇਹ ਬਿਲਕੁਲ ਬੇਕਾਰ ਲਾਏ ਗਏ ਨੇ। ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਬੇਸ਼ੱਕ ਇਸ ਪੁੱਲ ਨੂੰ ਬਣਾ ਕੇ ਮਾਣ ਅਤੇ ਖੁਸ਼ੀ ਮਹਿਸੂਸ ਕਰ ਰਹੇ ਹਨ, ਪਰ ਇਸ ਪੁੱਲ ਤੋਂ ਲੰਘਣ ਵਾਲੇ ਲੋਕ ਕੋਈ ਜ਼ਿਆਦਾ ਖੁਸ਼ ਵਿਖਾਈ ਨਹੀਂ ਦੇ ਰਹੇ ਹਨ। ਡੇਰਾ ਬਾਬਾ ਨਾਨਕ ਵਿਖੇ ਸ਼੍ਰੀ ਚੋਲਾ ਸਾਹਿਬ ਦੇ ਮੇਲੇ ਨੂੰ ਲੈ ਕੇ ਬਿਆਸ ਦਰਿਆ ਦੇ ਆਸ ਪਾਸ ਦੇ ਪਿੰਡਾਂ ਅੰਦਰ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ ਅਤੇ ਹੁਸ਼ਿਆਰਪੁਰ ਦੇ ਪਿੰਡ ਖਡਿਆਲਾ ਸਿਆਣੀਆਂ ਤੋਂ ਡੇਰਾ ਬਾਬਾ ਨਾਨਕ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਦੇ ਵਸਤਰ ਦੇ ਦਰਸ਼ਨਾਂ ਲਈ ਲੱਖਾਂ ਦੀ ਗਿਣਤੀ ਵਿੱਚ ਸੰਗਤ ਸੰਘ ਦੇ ਰੂਪ ਵਿੱਚ ਜਾਂਦੀ ਹੈ, ਜਿਸ ਦੇ ਸਵਾਗਤ ਲਈ ਪੁਰਾਤਨ ਸਮੇਂ ਤੋਂ ਭੇਟ ਪੱਤਨ ਦਰਿਆ 'ਤੇ ਸੰਗਤ ਬੇੜੀਆਂ ਰਾਹੀਂ ਆਪਣੀ ਮੰਜ਼ਿਲ ਤੈਅ ਕਰਦੀ ਸੀ। ਇਸ ਵਾਰ ਪ੍ਰਸ਼ਾਸਨ ਵੱਲੋਂ ਬਿਆਸ ਦਰਿਆ ਉੱਪਰ 2,86,00,000 ਦੀ ਲਾਗਤ ਨਾਲ ਪਲਟੂਨ ਵਾਲਾ ਪੁੱਲ ਤਿਆਰ ਕੀਤਾ ਗਿਆ ਹੈ, ਜਿਸ ਦੀਆਂ ਤਰੁੱਟੀਆਂ ਸੰਬੰਧੀ ਅਖ਼ਬਾਰਾਂ ਵਿੱਚ ਵੀ ਖ਼ਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਹਨਾਂ ਤਰੁੱਟੀਆਂ ਨੂੰ ਦੂਰ ਕਰਨ ਲਈ ਸੰਬੰਧਿਤ ਵਿਭਾਗ ਵੱਲੋਂ ਕੋਈ ਵਿਸ਼ੇਸ਼ ਉਪਰਾਲੇ ਨਹੀਂ ਕੀਤੇ ਜਾ ਰਹੇ, ਸਗੋਂ ਘੁਣ ਲੱਗੀਆਂ ਸਤੀਰੀਆਂ ਪੁੱਲ ਵਿੱਚ ਇਸਤੇਮਾਲ ਕੀਤੀਆਂ ਗਈਆਂ ਹਨ। ਇਸ ਸੰਬੰਧੀ ਖਡਿਆਲਾ ਸਿਆਣੀਆਂ ਦੇ ਮੁੱਖ ਸੇਵਾਦਾਰ ਬਾਬਾ ਜੋਗਿੰਦਰ ਸਿੰਘ ਨੇ ਅੱਜ ਇਸ ਪੁੱਲ ਦਾ ਵਿਸ਼ੇਸ਼ ਤੌਰ 'ਤੇ ਜਾਇਜ਼ਾ ਲਿਆ ਅਤੇ ਬਾਅਦ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ਗਏ ਇਸ ਪਲਟੂਨ ਪੁੱਲ ਵਿੱਚ ਕਈ ਤਰ੍ਹਾਂ ਦੀਆਂ ਤਰੁੱਟੀਆਂ ਹਨ ਅਤੇ ਸਰਕਾਰ ਨੇ ਇਸ ਪਲਟੂਨ ਪੁੱਲ ਵਿੱਚ ਘੁਣਖਰ ਦੀਆਂ ਸਤੀਰੀਆਂ ਦੀ ਵਰਤੋਂ ਕੀਤੀ ਹੈ, ਜਿਸ ਕਰਕੇ ਲੱਖਾਂ ਸੰਗਤਾਂ ਦੇ ਮੁਖੀ ਹੋਣ ਕਰਕੇ ਉਹ ਆਪਣੀ ਸੰਗਤ ਨੂੰ ਇਸ ਪੁੱਲ ਦੇ ਰਸਤੇ ਤੋਂ ਨਹੀਂ ਲੰਘਾਉਣਗੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਨੇ 1 ਤਰੀਕ ਤੱਕ ਇਸ ਪੁੱਲ ਦੀਆਂ ਤਰੁੱਟੀਆਂ ਨੂੰ ਦੂਰ ਨਾ ਕੀਤਾ ਤਾਂ ਉਹ ਬਿਆਸ ਦਰਿਆ ਦੇ ਪੱਕੇ ਪੁੱਲ ਰਸਤੇ ਹੀ ਹਰਜੋਵਾਲ ਪਹੁੰਚਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਿਆਸ ਦਰਿਆ ਦਾ ਪੁੱਲ ਜੋ ਬਣਿਆ ਬੇੜੀਆਂ ਦਾ ਲੱਕੜੀ ਦਾ, ਉਸ 'ਤੇ ਆ ਕੇ ਦੇਖਿਆ ਤੱਕਿਆ ਕੀ ਬਣਿਆ ਹੋਇਆ ਕਿ ਇੱਕ ਸਾਈਡ 'ਤੇ ਬਿਲਕੁਲ ਫੱਟੇ ਮਾੜੇ ਆ, ਉੱਥੇ ਕੋਈ ਡਿੱਗ ਜਾਏ ਧੱਕਾ ਮੁੱਕੀ ਹੋ ਕੇ ਕੋਈ ਮਰ ਜਾਏ ਉਹਦਾ ਜ਼ਿੰਮੇਵਾਰ ਕੌਣ ਹੋਊਗਾ? ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ। ਇਸ ਕਰਕੇ ਮੈਂ ਬੇਨਤੀ ਕਰਦਾ ਉਹਦੇ ਆਲੇ ਦੁਆਲੇ ਜਿੰਨੀ ਵੀ ਸਪੋਰਟ ਹੋ ਸਕਦੀ ਉਹ ਕਰਾਓ, ਫੱਟੇ ਹੋਰ ਪਵਾਓ ਤਾਂ ਕਿ ਅਸੀਂ ਇੱਥੋਂ ਨਹੀਂ ਲੰਘ ਸਕੀਏ। ਜੇ ਨਹੀਂ ਹੋਏਗਾ ਤਾਂ ਅਸੀਂ ਰਸਤਾ ਬੰਦ ਦੇਵਾਂਗੇ, ਅਸੀਂ ਚੱਲ ਜਾਵਾਂਗੇ ਪੱਕੇ ਪੁੱਲ ਨੂੰ, ਭਾਵੇਂ 2 ਰਾਤਾਂ ਲੱਗ ਜਾਣ। ਇਹ ਪੱਥਰ ਭੇਟ ਹੈ ਜੀ, ਪੁੱਲ ਦਰਿਆ ਦੇ ਬਣੇ ਹੋਣ ਅਤੇ ਬਾਕੀ ਇਹਦੇ ਮਤਲਬ ਕਿ ਇਹ ਹੈਗਾ ਕਿ ਜਿਹੜਾ ਪੁੱਲ ਬਣਾਇਆ ਇਹ ਦੁਨੀਆ ਦੇ ਸੁੱਖ ਵਾਸਤੇ ਜ਼ਰੂਰ ਬਣਾਇਆ ਗਿਆ, ਬਾਕੀ ਜਿਹੜੀ ਲੱਕੜ ਜਿਹੜੇ ਫੱਟੇ ਨੇ ਇਹ ਬਿਲਕੁਲ ਬੇਕਾਰ ਲਾਏ ਗਏ ਨੇ, ਮਤਲਬ ਕੋਈ ਵੀ ਆਦਮੀ ਇਹਦੇ ਵਿੱਚ ਟੁੱਟ ਕੇ ਗਿਰ ਸਕਦਾ, ਹੁਣ ਲੱਗੀ ਇਹ ਖਰਾਬ ਫੱਟੇ ਨੇ ਜੀ ਬਿਲਕੁਲ। ਕੀ ਕਹਿਣਾ ਅਤੇ ਲੋਕਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਸੀ ਬੇੜੀਆਂ 'ਤੇ ਜਿਵੇਂ ਜਾਂਦੇ ਹੈਗੇ ਸੀ, ਅਤੇ ਪੁੱਲ ਚਲੋ ਬਣਿਆ ਤਾਂ ਵਧੀਆ ਹੀ ਆ, ਪਰ ਇਹਦੀ ਜਿਹੜੀ ਹਾਲਤ ਹੈ ਉਹ ਕਾਫੀ ਖਸਤਾ ਕਮਜ਼ੋਰ ਹੈ, ਕਿ ਜਿਸ ਤਰ੍ਹਾਂ ਹੁਣ 2 ਮਾਰਚ ਨੂੰ ਸਾਰਿਆਂ ਨੇ ਇੱਥੇ ਪੈਦਲ ਯਾਤਰਾ ਕਰਨ ਆਉਂਦੇ ਨੇ, ਇੱਧਰੋਂ ਤੁਹਾਨੂੰ ਪਤਾ ਹੀ ਆ ਇੱਧਰੋਂ ਆਉਂਦੇ ਨੇ ਖਡਿਆਲਾ ਸਿਆਣੀਆਂ ਤੋਂ ਆਉਂਦੇ ਨੇ ਅਤੇ ਕਾਫੀ ਪੜਾਅ ਆਉਂਦੇ ਨੇ, ਪਰ ਇਹ ਚਲੋ ਬੰਦ ਤਾਂ ਗਿਆ ਪਰ ਇਹਦੀ ਹਾਲਤ ਬਹੁਤ ਖਸਤਾ, ਅਤੇ ਜੇ 2 ਮਾਰਚ ਨੂੰ ਜੇ ਇਹੀ ਹਾਲਤ ਰਹੀ ਕੋਈ ਵੀ ਅਣਸੁਖਾਵੀ ਘਟਨਾ ਹੋ ਸਕਦੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਜੇ ਆ ਕੈਮਰਾਮੈਨ ਉੱਧਰ ਨੂੰ ਦਿਖਾਵੇ ਤਾਂ ਕੋਈ ਸਿਕਿਉਰਿਟੀ ਨਹੀਂ ਆਸੇ ਪਾਸੇ ਹੈਗੀ। ਗਏ ਸੀ ਇਸ ਸਾਈਡ 'ਤੇ ਆਪਾਂ ਗਏ ਸੀ ਅਤੇ ਫੱਟਿਆਂ ਦੇ ਵਿੱਚ ਕਾਫੀ ਵਿਰਲ ਹੈਗੀ ਆ, ਕਾਫੀ ਜਿਵੇਂ ਵਿੱਚ ਗੈਪ ਹੈ ਅਤੇ ਉਹ ਗੈਪ ਦੇ ਵਿੱਚ ਕੋਈ ਵੀ ਘਟਨਾ ਹੋ ਸਕਦੀ ਹੈ। ਜਿਵੇਂ ਆ
ਤੁਹਾਨੂੰ ਦੱਸਦੇ ਹਾਂ ਕਿ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੱਲੋਂ ਜਿਸ ਦਿਨ ਇਸ ਪਲਟੂਨ ਪੁਲ ਦਾ ਉਦਘਾਟਨ ਕੀਤਾ ਗਿਆ ਸੀ ਤਾਂ ਉਹਨਾਂ ਨਾਲ ਹੀ ਇਹ ਮੰਨਿਆ ਸੀ ਕਿ ਇਸ ਪਲਟੂਨ ਪੁਲ ਵਿੱਚ ਕਈ ਤਰ੍ਹਾਂ ਦੀਆਂ ਤਰੁੱਟੀਆਂ ਹਨ ਅਤੇ ਨਾਲ ਹੀ ਇਹ ਗੱਲ ਵੀ ਆਖੀ ਸੀ ਕਿ ਉਹਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਦੀਆਂ ਤਰੁੱਟੀਆਂ ਨੂੰ ਦੂਰ ਕਰਨ ਦੀਆਂ ਹਦਾਇਤਾਂ ਕਰ ਦਿੱਤੀਆਂ ਹਨ ਪਰ ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਇਸ ਸੰਬੰਧੀ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਹੈ ਜਿਸ ਕਰਕੇ ਡੇਰਾ ਬਾਬਾ ਨਾਨਕ ਸ਼੍ਰੀ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਨੂੰ ਕਿਸੇ ਵੇਲੇ ਵੀ ਅਣਸੁਖਾਵੀ ਘਟਨਾ ਨਾਲ ਸਾਹਮਣਾ ਕਰਨਾ ਪੈ ਸਕਦਾ ਹੈ। ਗੁਰਦਾਸਪੁਰ ਤੋਂ ਸੁਖਬੀਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।